ਸੁਭਾਸ਼ ਚਾਵਲਾ ਜੀ ਸਾਡੇ ਨਾਲ ਨੇ। ਚਾਵਲਾ ਜੀ, ਅੱਜ ਕਹਿ ਸਕਦੇ ਹਾਂ ਕਿ ਬਹੁਤ ਵੱਡਾ ਤੁਸੀਂ ਐਲਾਨ ਕੀਤਾ, ਬੀਜੇਪੀ ਜੁਆਇਨ ਕੀਤੀ, ਔਰ ਤੁਸੀਂ ਬਹੁਤ ਪੁਰਾਣੇ, ਜਿੱਦਾਂ ਤੁਸੀਂ ਕਿਹਾ ਕਿ 21 ਸਾਲ ਤੁਸੀਂ ਦੀ ਉਮਰ ਦੇ ਵਿੱਚ ਤੁਸੀਂ ਕਾਂਗਰਸ ਜੁਆਇਨ ਕਰ ਲਈ ਸੀ, ਕਾਫੀ ਅਹਿਮ ਪਤਾ ਚ ਰਹੇ ਹੋ, ਕਾਰਨ ਕੀ ਰਹੇ ਬੀਜੇਪੀ ਜੁਆਇਨ? ਕਾਰਨ ਮੈਂ ਕਾਫੀ ਦਿਨਾਂ ਤੋਂ ਚੰਡੀਗੜ੍ਹ ਦੀ ਜਨਤਾ ਇੱਕ ਅੱਛੇ ਕੈਂਡੀਡੇਟ ਦੀ ਤਲਾਸ਼ ਕਰ ਰਹੀ ਸੀ। 10-12 ਸਾਲ ਤੋਂ ਲੱਗ ਰਿਹਾ ਸੀ ਕਿ ਚੰਡੀਗੜ੍ਹ ਦੇ ਵਿੱਚ ਕਿਸ ਤਰ੍ਹਾਂ ਦਾ ਕੈਂਡੀਡੇਟ ਹੋਣਾ ਚਾਹੀਦਾ। ਸੰਜੇ ਟੰਡਨ ਜੀ ਨੂੰ ਮੈਂ ਬਹੁਤ ਪੁਰਾਣਾ ਜਾਣਦਾ, ਬਹੁਤ ਪੁਰਾਣੇ ਰਿਲੇਸ਼ਨ ਹੈ, ਦੋਸਤੀ ਰਹੀ ਹੈ, ਸਾਰੀ ਰਹੀ ਹੈ, ਔਰ ਜੋ ਜੋ ਕੰਮ ਇਹਨਾਂ ਨੇ ਚੰਡੀਗੜ੍ਹ ਦੀ ਜਨਤਾ 'ਚ ਮੈਂਬਰ ਪਾਰਲੀਮੈਂਟ ਨਾ ਹੁੰਦਿਆਂ ਹੋਏ ਵੀ ਕੀਤੇ ਹੈ, ਮੈਨੂੰ ਲੱਗਿਆ ਕਿ ਅੱਜ ਸਾਰੇ ਚੰਡੀਗੜ੍ਹ ਵਾਲਿਆਂ ਨੂੰ ਲੋੜ ਹੈ ਕਿ ਇਹੋ ਜਿਹੇ ਮੈਂਬਰ ਪਾਰਲੀਮੈਂਟ ਦੀ, ਕਿ ਇੱਕ ਚੰਗਾ ਬੰਦਾ ਅਸੀਂ ਚੁਣੀਏ ਔਰ ਪਾਰਲੀਮੈਂਟ 'ਚ ਭੇਜੀਏ। ਦੂਸਰਾ ਕਾਰਨ ਸਭ ਤੋਂ ਵੱਡਾ ਹੈ ਕਿ ਜੋ ਸਾਡੀ ਪਾਰਟੀ ਨੇ, ਪੁਰਾਣੀ ਪਾਰਟੀ ਨੇ, ਕਾਂਗਰਸ ਪਾਰਟੀ ਨੇ ਜੋ ਅਲਾਇੰਸ ਕੀਤਾ ਹੈ ਆਮ ਆਦਮੀ ਪਾਰਟੀ ਨਾਲ ਚੰਡੀਗੜ੍ਹ, ਮੈਂ ਉਹਨੂੰ ਅਨਹੋਲੀ ਅਲਾਇੰਸ ਮੰਨਦਾ। ਜਿਸ ਪਾਰਟੀ ਨੇ ਸਾਨੂੰ ਕਾਰਪੋਰੇਸ਼ਨ 'ਚ ਹਰਾਇਆ ਹੋਵੇ, ਜਿਸ ਪਾਰਟੀ ਨੇ ਸਾਨੂੰ ਸਾਰੇ ਦੇਸ਼ ਦੇ ਵਿੱਚ ਸਾਡਾ ਨੁਕਸਾਨ ਹੋਇਆ ਹੋਵੇ, ਉਹਨਾਂ ਪਾਰਟੀਆਂ ਦੇ ਲੀਡਰ ਨੇ ਸਾਡੀ ਪਾਰਟੀਆਂ ਦੇ ਵੱਡੇ ਲੀਡਰਾਂ ਦੇ ਬਾਰੇ ਕੀ ਭਾਸ਼ਾ ਦਾ ਇਸਤੇਮਾਲ ਕੀਤਾ ਹੋਵੇ, ਅੱਜ ਮੇਰੀ ਆਤਮਾ ਨਹੀਂ ਮੰਨਦੀ ਸੀ ਕਿ ਮੈਂ ਉਹਨਾਂ ਦੇ ਨਾਲ ਕੋਈ ਵੀ ਮੰਚ ਸਾਂਝਾ ਕਰਾਂ, ਕਿਸੇ ਤਰ੍ਹਾਂ ਦੀ ਉਹਨਾਂ ਦੇ ਨਾਲ ਜਾ ਕੇ ਕੰਪੇਨ ਕਰਾਂ। ਇਸ ਕਰਕੇ ਮੈਂ ਫੈਸਲਾ ਕਰ ਲਿਆ ਕਿ ਜੇ ਪਾਰਟੀ ਅਸੂਲਾਂ 'ਤੇ ਨਹੀਂ ਚੱਲਦੀ, ਅਸੂਲ ਹੀ ਤੋੜ ਕੇ ਸਿਰਫ ਸੱਤਾ ਦਾ ਹੀ ਲਾਲਚ ਸੋਚ ਕੇ ਅਸੀਂ ਉਹ ਪਾਰਟੀ ਨਾਲ ਕਰ ਲਈਏ, ਇਹ ਚੀਜ਼ ਸ਼ਾਇਦ ਮੈਨੂੰ ਨਹੀਂ ਜਚੀ, ਔਰ ਇਸ ਕਰਕੇ ਮੈਂ ਮਹਿਸੂਸ ਕੀਤਾ ਵੀ ਹੁਣ ਇਸ ਪਾਰਟੀ ਤੋਂ ਕਿਨਾਰਾ ਕਰ ਲੈਣਾ ਚਾਹੀਦਾ। ਕਿਉਂਕਿ ਪਿਛਲੇ ਦਿਨਾਂ ਜੇ ਅਸੀਂ ਦੇਖਿਆ, ਜਦ ਮਨੀਸ਼ ਤਿਵਾਰੀ ਜੀ ਨੂੰ ਟਿਕਟ ਮਿਲੀ, ਉਸ ਤੋਂ ਬਾਅਦ ਕਿਤੇ ਨਾ ਕਿਤੇ ਬਗਾਵਤ ਜ਼ਰੂਰ ਦੇਖਣ ਨੂੰ ਮਿਲੀ, ਪਵਨ ਬੰਸਲ ਜੀ ਵੀ ਕਿਤੇ ਨਜ਼ਰ ਨਹੀਂ ਆਏ, ਹੋਰ ਵੀ ਜਿਹੜੇ ਦੂਜੇ ਉਹਨਾਂ ਦੇ ਸਾਥੀ ਹੈ, ਚਾਹੇ ਉਹ ਮਹਿਲਾ ਕਾਂਗਰਸ ਦੀ ਗੱਲ ਕਰੀਏ, ਉਹਨਾਂ ਵੱਲੋਂ ਵੀ ਜਿਹੜਾ ਹੈਗਾ ਕਾਫੀ ਰੋਸ ਪ੍ਰਦਰਸ਼ਨ ਕੀਤਾ ਗਿਆ, ਅਸਤੀਫਾ ਦਿੱਤਾ ਗਿਆ, ਉਹ ਵੀ ਕਿਤੇ ਨਾ ਕਿਤੇ ਕਾਂਗਰਸ ਵਾਸਤੇ ਬੜਾ ਨੁਕਸਾਨਦਾਇਕ ਰਿਹਾ, ਔਰ ਜਿਹੜੀ ਉਹਨਾਂ ਦੀ ਜਿਹੜੇ ਬੰਦਿਆਂ ਨੇ ਬਗਾਵਤ ਨਹੀਂ ਸ਼ਬਦ ਕਹਿ ਸਕਦੇ, ਉਹਨਾਂ ਨੂੰ ਰੋਸ ਸੀਗਾ ਇੱਕ ਪਾਰਟੀ ਦੀ ਫੰਕਸ਼ਨਿੰਗ ਤੋਂ। ਉਹਨਾਂ ਨੇ ਆਪਣੀ ਜਾਇਜ਼ ਆਵਾਜ਼ ਉਠਾਈ ਕਿ ਸਾਡੀ ਆਵਾਜ਼ ਸੁਣੋ, ਬਜਾਏ ਉਹਨਾਂ ਦੀ ਆਵਾਜ਼। ਫਿਰ ਮੈਨੂੰ ਦੱਸਣਾ ਚਾਹਿਆ ਕਿ ਪਿਛਲੇ ਦਿਨਾਂ 'ਚ ਇਸ ਜਦੋਂ ਰੋਸ ਹੋਇਆ, 3 ਵਾਰੀ ਸਾਡੇ ਜਿਹੜੇ ਪ੍ਰਭਾਰੀ ਹੈ ਕਾਂਗਰਸ ਦੇ, ਰਾਜੀਵ ਸ਼ੁਕਲਾ ਜੀ ਚੰਡੀਗੜ੍ਹ ਆਏ, ਉਹਨਾਂ ਨੇ ਬਿਲਕੁਲ ਇਹ ਜ਼ਹਿਮਤ ਨਹੀਂ ਉਠਾਈ ਕਿ ਜਿਹੜੇ ਬੰਦੇ ਇਹੋ ਜਿਹੀ ਆਵਾਜ਼ ਉਠਾ ਰਹੇ ਹੈ, ਮੈਂ ਇੱਕ ਵਾਰੀ ਉਹਨਾਂ ਨੂੰ ਮਿਲ ਤਾਂ ਲਵਾਂ, ਉਹਨਾਂ ਦੀ ਮੀਟਿੰਗ ਤਾਂ ਕਰ ਲਵਾਂ, ਉਹਨਾਂ ਨੇ ਪ੍ਰਵਾਹ ਨਹੀਂ ਕੀਤੀ, ਔਰ ਮੈਨੂੰ ਤਾਂ ਬਾਅਦ 'ਚ ਪਤਾ ਲੱਗਾ ਕਿ ਉਹ ਪਾਰਟੀ ਪੂਰਟੀ ਲਈ ਨਹੀਂ ਆਏ ਸੀ, ਉਹ ਤਾਂ 3 ਦਿਨ ਲਗਾਤਾਰ ਜਿਹੜੀ ਦਿਨ ਆਏ, ਉੱਦਣ ਇੱਥੇ ਚੰਡੀਗੜ੍ਹ 'ਚ ਮੈਚ ਸੀਗੇ, ਉਹ ਤਾਂ ਮੈਚ ਦੇਖਣ ਆਏ ਸੀ, ਮੈਚ ਦੇਖਦੇ ਉਹਨਾਂ ਨੇ ਕਿਹਾ ਕਾਂਗਰਸ ਦੇ ਦਫ਼ਤਰ ਦੇ ਕੋਲ ਨਿਕਲ ਚੱਲੀਏ। ਜਿਸ ਪਾਰਟੀ 'ਚ ਇਸ ਪਾਰਟੀ 'ਚ ਮੈਂ ਹਮੇਸ਼ਾ ਸੁਣਦਾ ਰਿਹਾ ਬੀਜੇਪੀ 'ਚ ਕਿ ਕਦੇ ਇਹਨਾਂ ਦੇ ਫਲਾਣੇ ਪ੍ਰਭਾਰੀ ਇੱਥੇ ਬੈਠੇ ਹੈ, ਕਦੇ ਸੁਦਾਨ ਸਿੰਘ ਜੀ ਬੈਠੇ ਹੈ, ਕਦੇ ਦੁਸ਼ਯੰਤ ਜੀ ਬੈਠੇ ਹੈ, ਅੱਜ ਸਰੋਜ ਜੀ ਬੈਠੇ ਹੈ। ਸਾਡੀ ਪਾਰਟੀ 'ਚ ਅੱਜ ਇਲੈਕਸ਼ਨ ਸ਼ੁਰੂ ਹੋ ਗਏ, ਤੁਹਾਨੂੁੰ ਕੋਈ ਵਰਿਸ਼ਠ ਨੇਤਾ ਦੇਖਿਆ ਕਿ ਉੱਥੇ ਆ ਕੇ ਪਾਰਟੀ ਨੂੰ ਗਾਈਡਲਾਈਨ ਤਾਂ ਦੇਵੇ ਕਿ ਤੁਸੀਂ ਇਲੈਕਸ਼ਨ ਲੜਨਾ ਕਿਵੇਂ ਹੈ, ਜਿੱਤਣਾ ਕਿਵੇਂ ਹੈ? ਜਿਸ ਪਾਰਟੀ ਨੂੰ ਆਪਣੇ ਪਾਰਟੀ ਦੇ ਇਲੈਕਸ਼ਨ ਦੇ ਬਾਰੇ ਹੀ ਚਿੰਤਾ ਨਹੀਂ, ਤਾਂ ਸਾਨੂੰ ਚਿੰਤਾ ਕਰਨ ਦੀ ਜ਼ਿਆਦਾ ਕੀ ਲੋੜ ਹੈ? ਕੱਲ੍ਹ ਵੀ ਤੁਸੀਂ ਉੱਥੇ ਸੀਗੇ ਮੌਜੂਦ, ਮਨੀਸ਼ ਤਿਵਾਰੀ ਜੀ ਦੀ ਰੈਲੀ ਸੀਗੇ ਕੱਲ੍ਹ ਮੌਜੂਦ, ਲੇਕਿਨ ਇੱਕ ਦਿਨ 'ਚ ਇਸ ਤਰ੍ਹਾਂ ਦਾ ਕੀ ਹੋਇਆ? ਕਿਉਂਕਿ ਕੱਲ੍ਹ ਨਹੀਂ ਇੱਕ ਦਿਨ ਤਾਂ ਬਦਲਾਵ ਨਹੀਂ ਹੈ, ਇਹ ਮਹੀਨਾ ਡੇਢ ਮਹੀਨੇ ਤੋਂ ਮੈਂ ਘੁੱਟਣ ਜੀ ਮਹਿਸੂਸ ਕਰ ਰਿਹਾ ਸੀ। ਤੁਸੀਂ ਮੇਰੇ ਫੇਸਬੁੱਕ ਦੇਖਦੇ ਸੀ, ਮੈਂ ਕਈ ਵਾਰੀ ਫੈਸਲਾ ਨਹੀਂ ਲੈ ਪਾ ਰਿਹਾ ਸੀ, ਪ੍ਰੋਪਰ ਟਾਈਮ ਨਹੀਂ ਮੈਨੂੰ ਮਿਲ ਰਿਹਾ ਸੀ ਕਿ ਮੈਂ ਕੀ ਕਰਾਂ। 49 ਸਾਲ ਦੇ ਕਾਂਗਰਸ 'ਚ ਰਹਿ ਕੇ ਇਹੋ ਜਿਹਾ ਫੈਸਲਾ ਲੈਣ ਵਾਸਤੇ ਇੱਕ ਬਹੁਤ ਵੱਡਾ ਦਿਲ ਚਾਹੀਦਾ, ਔਰ ਮੈਂ ਅੱਜ ਵੀ ਬੜੇ ਭਰੇ ਮਾਂਜੇ ਨਾਲ ਮੈਂ ਤੁਹਾਨੂੰ ਕਹਿ ਰਿਹਾ ਕਿ ਅਗਰ ਪਾਰਟੀ ਨੇ ਇਹੋ ਜਿਹੇ ਅਸੂਲ ਨਹੀਂ ਅਪਣਾਏ ਅੱਗੇ ਲਈ, ਤਾਂ ਮੇਰੇ ਵਰਗੇ ਕਈ ਸਾਥੀ ਛੱਡਣ ਨੂੰ ਤਿਆਰ ਫਿਰਦੇ ਉੱਥੇ। ਸਾਰੇ ਦੁਖੀ ਹੈ, ਇਸ ਗੱਲ ਤੋਂ ਦੁਖੀ ਹੈ ਕਿ ਜਿਹੜਾ 35 ਬੰਦਿਆਂ 'ਚੋਂ ਸਾਡੀਆਂ 8 ਸੀਟਾਂ ਆਈਆਂ, 27 ਬੰਦਿਆਂ ਨੂੰ ਸਾਨੂੰ ਭਾਰਤੀ ਜਨਤਾ ਪਾਰਟੀ ਨੇ ਨਹੀਂ ਹਰਾਇਆ, ਆਮ ਆਦਮੀ ਪਾਰਟੀ ਨੇ ਹਰਾਇਆ। ਤੁਸੀਂ ਇੱਕ ਇੱਕ ਸੀਟ 'ਤੇ ਅਗਰ ਆਕਲਨ ਕਰੋਗੇ, ਜਿੱਥੇ ਵੀ ਜਿਹੜੀ ਸੀਟ ਵੀ ਹਾਰ ਰਹੇ ਹਾਂ, ਉਹਦੀ ਜ਼ਿੰਮੇਵਾਰ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਹੈ। ਅੱਜ ਅਸੀਂ ਉਸੇ ਆਮ ਆਦਮੀ ਪਾਰਟੀ ਨਾਲ ਸਟੇਜ ਸਾਂਝਾ ਕਰ ਰਹੇ ਹਾਂ। ਇਸ ਤੋਂ ਇੱਕ ਅਸੂਲ ਤਾਂ ਕੁਛ ਤਾਂ ਰਾਜਨੀਤੀ ਅਸੂਲ ਹੈ, ਜੀਵਨ ਦੇ ਅਸੂਲ ਹੁੰਦੇ ਆ, ਪੜ੍ਹਨ ਦੇ ਅਸੂਲ ਹੁੰਦੇ ਆ, ਰਾਜਨੀਤੀ ਦੇ ਅਸੂਲ ਹੁੰਦੇ ਆ, ਇਹਨਾਂ ਤਾਂ ਸਾਰੇ ਅਸੂਲਾਂ ਦੀਆਂ ਧਰੀਆਂ ਉਡਾਤੀਆਂ। ਸਰ, ਤੁਸੀਂ ਬਹੁਤ ਪੁਰਾਣੇ ਲੀਡਰ ਹੋ, ਲਗਾਤਾਰ ਤੁਹਾਡਾ ਇੰਟਰਵਿਊ ਕਰਦੇ ਰਹੇ ਹਾਂ, ਕਿਸ ਤਰ੍ਹਾਂ ਦਾ ਆਕਲਨ ਕਰਦੇ ਹੋ ਇਲੈਕਸ਼ਨਸ ਨੂੰ ਲੈ ਕੇ? ਹਾਲਾਂਕਿ ਇੱਕ ਪਾਸੇ ਕਾਂਗਰਸ, ਆਮ ਆਦਮੀ ਪਾਰਟੀ ਅਲਾਇੰਸ, ਦੂਜੇ ਪਾਸੇ ਬੀਜੇਪੀ। ਦੇਖੋ, ਡਾਇਰੈਕਟ ਮੁਕਾਬਲਾ ਹੈ, ਚੰਡੀਗੜ੍ਹ ਦੀ ਜਨਤਾ ਬੜੀ ਸੂਝ ਬੂਝ ਹੈ,
ਅੱਜ ਤੱਕ ਦਾ ਇਤਿਹਾਸ ਹੈ 99% ਕਿ ਜਿਹਦੀ ਸੈਂਟਰ 'ਚ ਗੌਰਮੈਂਟ ਬਣੀ ਹੈ ਉੱਥੋਂ ਹੀ ਚੰਡੀਗੜ੍ਹ ਦਾ ਉਹਦਾ ਹੀ ਕੈਂਡੀਡੇਟ ਜਿੱਤਿਆ 99%। ਅੱਜ ਵੀ ਕਾਂਗਰਸ ਜਾਂ ਦੂਜੀਆਂ ਪਾਰਟੀਆਂ ਦਾ ਕੋਈ ਵੀ ਇਸ ਗੱਲ 'ਤੇ ਤਾਂ ਐਤਵਾਰ ਨਹੀਂ ਕਰ ਰਿਹਾ ਕੋਈ ਸਰਕਾਰ ਬਣਾਉਣਗੀ, ਸਰਕਾਰ ਤਾਂ ਜੋ ਬਣਾਉਣ ਜਾ ਰਹੇ ਆ ਉਹ ਬੀਜੇਪੀ ਹੀ ਜਾ ਰਹੀ ਹੈ। ਚੰਡੀਗੜ੍ਹ ਕਿਉਂਕਿ ਯੂਨੀਕ ਇੱਥੇ ਥੋੜ੍ਹਾ ਜਿਹਾ ਕਰੈਕਟਰ ਸ਼ਹਿਰ ਦਾ, ਇੱਥੇ ਹਰ ਚੀਜ਼ ਹੋਮ ਮਿਨਿਸਟਰੀ ਦੇ ਥੱਲੇ ਹੈ। ਅਗਰ ਮੈਂ ਪਾਰਟੀ ਤੋਂ ਉੱਠ ਕੇ ਵੀ ਗੱਲ ਕਰਾਂ, ਅਗਰ ਮੈਂ ਬਿਜ਼ਨਸਮੈਨ ਹਾਂ ਜਾਂ ਕਰਮਚਾਰੀ ਹਾਂ, ਮੈਨੂੰ ਪਤਾ ਹੈ ਕਿ ਹੱਲ ਹੋਮ ਮਿਨਿਸਟਰੀ ਤੋਂ ਬਿਨਾਂ ਨਹੀਂ ਨਿਕਲ ਸਕਦਾ। ਜੇ ਗ੍ਰਹਿ ਮੰਤਰੀ ਸਾਡਾ ਹੈ ਹੀ ਨਹੀਂ, ਗ੍ਰਹਿ ਮੰਤਰੀ ਹੀ ਭਾਰਤੀ ਜਨਤਾ ਪਾਰਟੀ ਦਾ ਬਣਨਾ ਹੈ ਤਾਂ ਅਸੀਂ ਸਮੱਸਿਆ ਦਾ ਹੱਲ ਕਿਵੇਂ ਕਰਾਵਾਂਗੇ? ਇਸ ਕਰਕੇ ਵੋਟ ਪੈਟਰਨ ਜਿਹੜਾ ਰਹੇਗਾ ਚੰਡੀਗੜ੍ਹ ਦਾ ਉਹ ਬੀਜੇਪੀ ਦੀ ਸਰਕਾਰ ਦੇ ਪੱਖ 'ਚ ਰਹੇਗਾ। ਔਰ ਮੈਂ ਤਾਂ ਪਹਿਲਾਂ ਕਿਹਾ ਕਿ ਰਿਜ਼ਲਟ ਤਾਂ ਲਿਖਿਆ ਜਾ ਚੁੱਕਿਆ ਹੈ। ਬਿਲਕੁਲ, ਸੁਭਾਸ਼ ਚਾਵਲਾ ਇੱਕ ਬਹੁਤ ਪੁਰਾਣੇ ਲੀਡਰ ਸੀ ਕਾਂਗਰਸ ਪਾਰਟੀ ਦੇ, ਹਾਲਾਂਕਿ ਅੱਜ ਉਹਨਾਂ ਵੱਲੋਂ ਬੀਜੇਪੀ ਜੁਆਇਨ ਕੀਤੀ ਹੈ ਔਰ ਉਹਨੇ ਸਾਫ਼ ਤੌਰ 'ਤੇ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਪਿਛਲੇ ਦਿਨਾਂ ਦੇਖਣ ਨੂੰ ਮਿਲ ਰਹੇ ਸੀਗੇ ਕਿ ਕਾਂਗਰਸ ਇੰਟਰਨਲੀ ਜਿਹੜਾ ਕਲੇਸ਼ ਚੱਲ ਰਿਹਾ ਸੀਗਾ, ਕਿਸੇ ਤਰ੍ਹਾਂ ਦੀ ਕੋਈ ਆਪਸੀ ਜਿਹੜੀ ਉਹਨਾਂ ਦਾ ਜਿਹੜਾ ਵੀ ਸਿਸਟਮ ਹੁੰਦਾ ਉਹ ਨਹੀਂ ਸੀਗਾ, ਜਿਸ ਕਰਕੇ ਅੱਜ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਹੈ। ਸੰਜੇ ਟੰਡਨ ਉੱਥੇ ਮੌਜੂਦ ਸੀ, ਜਤਿੰਦਰ ਮਲਹੋਤਰਾ ਜਿਹੜੇ ਬੀਜੇਪੀ ਦੇ ਪ੍ਰੈਜੀਡੈਂਟ ਨੇ ਉਹ ਇੱਥੇ ਮੌਜੂਦ ਹੈ, ਹਾਲਾਂਕਿ ਇਹਨਾਂ ਦੇ ਜਿਹੜੇ ਸਾਥੀ ਨੇ ਜਿਹੜੇ ਸੁਭਾਸ਼ ਚਾਵਲਾ ਦੇ ਉਹ ਵੀ ਹੁਣ ਜੁਆਇਨ ਜਿਹੜਾ ਹੈ ਉਹ ਕਰਨ ਲੱਗੇ। ਚੰਡੀਗੜ੍ਹ ਤੋਂ ਕੈਮਰਾਮੈਨ ਸੁਖਪਾਲ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।